खुशी रहती है सर, देर बाद प्लीज सर मैं नाभा तो विधायक देवमान नाराज नजर आ रहे ने। दरअसल किसान पदरी सिखलाई कैंप एक रखा गया सी। इस समागम दे विच कैबिनेट मंत्री चेतन सिंह जोड़ा माजरा ते जस्सी सुइयां भी पहुंचे हो स्टेज ते बैठे हुए भी नजर आए। पर दूजे पासे हलका विधायक देवमान आम पब्लिक विच बैठे हुए साफ देखे जा सकते ने। हालांकि विधायक देवमान नू कैबिनेट मंत्री दे वल्लों स्टेज ते बैठन दे लई इशारा भी कीता गया। इस तक ही खेतीबाड़ी अफसर भी विधायक नू स्टेज ते बुलाउण लई भेजे गए, पर इसके बावजूद भी देवमान स्टेज दे उत्ते नहीं गए अते इत्थों तक कि उन्होंने वल्लों अपना सन्मान भी स्टेज तो थले खड़ के ही लिया गया। हालांकि स्टेज दे उत्ते मंत्री दे वल्लों विधायक देवमान नू वार-वार बुलाया गया, पर इसके बावजूद भी उन्होंने मंत्री तो दूरी बनाई रखी। अज उरे जिला पद्धरी जिहड़ा सिखलाई कैंप आ नाभा विखे लगाया गया और जिहड़े साडे किसान ने उन्हां नू दसण वास्ते आउण वालीआं फसलां दी किवें असीं उहदा करना, किवें पानी की बचत करनी है और की फसल सानू लाउणी चाहिए आ, और उहदे नाल ही जिहड़ी प्रदर्शनी लगाई गई वख-वख बीजां दी खादां दी और किवें असी फसल है जिहड़ी वह पेस्टिसाइड मुक्त और दवाइया तो मुक्त जिहड़ी वह की जाए ता कि साडी जिहड़ी सब्जियां जां होर फसलां ने वह जे ज़्यादा कैमिकल पैंदा तो उहदे नाल किते ना किते साडे ते नुकसान हुंदा है। जिहड़ी कई तरह की बीमारियां जिवें अजकल बहुत ज़्यादा तुसीं देखिया होणा हर एक पिंड शहर दे विच डायलिसिस की बहुत ज़्यादा प्रॉब्लम चल रही है, वह किते ना किते खाण पीण दा है जिथे असी ज़्यादा कैमिकल की वरतों करते हैं। सो इस करके सानू सारयां नू असी सारी जिहड़ा सब्जियां भी खाने आटा भी खाने तां सानू उतों ਜ਼ਹਿਰ ਮੁਕਤ ਸਾਨੂੰ ਜਿਹੜੀ ਹੈਗੀ ਆ ਫਸਲਾਂ ਦੀ ਸਬਜ਼ੀਆਂ ਦੀ ਲੋੜ ਹੈ। ਕਿਸ ਤਰ੍ਹਾਂ ਦਾ ਸਬੰਧ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪਰਾਲੀ ਨਾ ਸੜਨ ਕਿਸਾਨ, ਇਸ ਵਾਰ ਸਰਕਾਰ ਨੇ ਕੀ ਇੰਤਜ਼ਾਮ ਕੀਤੇ ਨੇ? ਦੇਖੋ ਸਰਕਾਰ ਵੱਲੋਂ ਤਾਂ ਐਤਕੀ ਨਹੀਂ ਹਾਈ ਵਾਰੀ ਵਧੀਆ ਪ੍ਰਬੰਧ ਕੀਤੇ ਜਾਂਦੇ ਨੇ ਔਰ ਲੋਕਾਂ ਨੂੰ ਵੱਧ ਤੋਂ ਵੱਧ ਮੋਟੀਵੇਟ ਵੀ ਕੀਤਾ ਜਾਂਦਾ, ਪਰ ਐਤਕੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਜ਼ਿਆਦਾ ਨਹੀਂ ਤਾਂ 80-90% ਜਿਹੜੇ ਕਿਸਾਨ ਨੇ ਜਿਹੜੇ ਪਰਾਲੀ ਨਹੀਂ ਫੂਕਣਗੇ, ਕਿਉਂਕਿ ਵੱਖ-ਵੱਖ ਥਾਵਾਂ 'ਤੇ ਜਿਹੜੇ ਪ੍ਰੋਜੈਕਟ ਵੀ ਲੱਗੇ ਨੇ ਜਿਹਦਾ ਸਾਡੇ ਸਮਾਣੇ ਵੀ ਇੱਕ ਬਹੁਤ ਸੋਹਣਾ ਪ੍ਰੋਜੈਕਟ ਲੱਗਿਆ ਜਿਹੜਾ ਉਹ ਪਰਾਲੀ ਤੋਂ ਜਿਹੜੇ ਉਹ ਬਣਾਉਣਗੇ ਉਹਦਾ ਜਿਵੇਂ ਪੱਠੇ ਨੇ ਉਹਨਾਂ 'ਚ ਜਲਾਉਣ ਵਾਸਤੇ ਉਹ ਇੱਕ ਕੋਲਾ ਟਾਈਪ ਬਣਾਉਣਗੇ ਜਿਹਦੇ ਨਾਲ ਪਰਾਲੀ ਉਹ ਨਹੀਂ ਨਹੀਂ ਕਰਦੇ 20-30 ਚੱਲ-ਚੱਲ ਕਿਲੋਮੀਟਰ ਦੀ ਰੇਂਜ 'ਚ ਉਹ ਆਪ ਖਰੀਦਣਗੇ। ਕਿ ਨਕਲੀ ਬੀਜ ਦਾ ਬੜਾ ਜਿਹੜਾ ਹੈਗਾ ਬੋਲਬਾਲਾ ਹੈਗਾ, ਕੀ ਲੱਗਦਾ ਸਰਕਾਰ ਵੱਲੋਂ? ਸਰ ਸਾਡੇ ਵੱਲੋਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ, ਜਿਹੜਾ ਕੋਈ ਨਕਲੀ ਬੀਜ ਜਿਹੜਾ ਹੋਊਗਾ ਉਹਦੇ ਲਾਇਸੈਂਸ ਕੈਂਸਲ ਵੀ ਕੀਤੇ ਜਾਣਗੇ ਔਰ ਉੱਤੇ ਬਣਦੀ ਕਾਰਵਾਈ ਹੋਵੇਗੀ। ਕਿ ਐਨਆਈ ਦੀ ਰੇਡ ਲਗਾਤਾਰ ਪੈ ਰਹੀ ਹੈ ਪੰਜਾਬ 'ਚ, ਕਿਸ ਤਰ੍ਹਾਂ ਦੇਖਦੇ ਹੋ? 30 ਥਾਵਾਂ 'ਤੇ ਐਨਆਈ ਦੀ ਰੇਡ, ਕੈਨੇਡਾ ਵਿਵਾਦ ਨੂੰ ਲੈ ਕੇ ਉਸ ਤੋਂ ਬਾਅਦ? ਨਹੀਂ ਦੇਖੋ, ਮੈਂ ਹੁਣ ਲਗਾਤਾਰ ਪਿਛਲੇ 6-7 ਦਿਨਾਂ ਤੋਂ ਹਲਕੇ 'ਚ ਸੀ, ਹਲਕੇ 'ਚ ਰਜੇ ਵੀ ਐਨਏ ਸੀ, ਟਾਈਮ ਨਹੀਂ ਮਿਲਿਆ, ਸੋ ਉਹਦੇ ਕਰਕੇ ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ। ਬਾਦਲ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਜੋ ਵਿਜੀਲੈਂਸ ਨੇ? ਦੇਖੋ, ਮੈਨੂੰ ਲੱਗਦਾ ਜੇ ਕਿਸੇ ਨੇ ਕੋਈ ਗਲਤ ਕੰਮ ਕਰਿਆ ਨਹੀਂ ਤਾਂ ਉਹਨੂੰ ਡਰਨ ਦੀ ਲੋੜ ਨਹੀਂ ਹੈ। ਸੋ ਜੇ ਤੁਸੀਂ ਸਾਫ਼ ਹੋ ਤਾਂ 1% ਵੀ ਘਬਰਾਉਣ ਦੀ ਲੋੜ ਨਹੀਂ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਕਿ ਜਿਹੜੇ ਮੌਜੂਦਾ ਵਿਧਾਇਕ ਨੇ ਉਹ ਸਾਡੇ ਸੰਪਰਕ 'ਚ ਨੇ, ਕਿਸ ਤਰ੍ਹਾਂ ਜੱਜ ਕਰਦੇ ਹੋ? ਕੌਣ ਹੈ ਸੰਪਰਕ 'ਚ? ਮੈਨੂੰ ਤਾਂ ਕੋਈ ਪਤਾ ਲੱਗਿਆ ਨਹੀਂ ਮੌਜੂਦਾ ਵਿਧਾਇਕ। ਨਹੀਂ ਦੇਖੋ, ਇਹੋ ਜਿਹਾ ਕਿਹੜਾ ਬੰਦਾ ਜਿਹੜਾ ਡੁੱਬਦੀ ਬੇੜੀ 'ਚ ਚੜੂਗਾ? ਕੋਈ ਹੈ ਇਹੋ ਜਿਹਾ ਬੰਦਾ? ਜੇ ਤੁਹਾਡੇ 'ਚੋਂ ਕਹਿ ਦਈਏ ਬੇੜੀ ਡੁੱਬ ਰਹੀ ਉਹ 'ਚ ਚੜ ਜਾ, ਚੜੂਗਾ? ਕੋਈ ਨਹੀਂ ਚੜਦਾ। ਜਿਹਦੀ ਸਰਕਾਰ ਆ ਉਹ ਕਿਉਂ ਪਾਰਟੀ ਛੱਡ ਕੇ ਜਾਣਗੇ? ਸੋ ਇੱਧਰ ਤਾਂ ਆਉਣ ਨੂੰ ਫਿਰਦੇ ਨੇ, ਬਾਕੀ ਪਾਰਟੀਆਂ ਦੇ ਆਉਣ ਨੂੰ ਫਿਰਦੇ ਨੇ, MP ਆਉਣ ਨੂੰ ਫਿਰਦੇ ਨੇ, MLA ਆਉਣ ਨੂੰ ਫਿਰਦੇ ਨੇ, ਇੱਧਰ ਆਉਣ ਨੂੰ ਫਿਰਦੇ ਨੇ, ਉੱਧਰ ਜਾਣ ਆ ਕੇ ਕਿਸੇ ਨੇ ਮਰਨਾ ਕਿਸੇ ਨੇ? ਉਹ ਕਿਉਂ ਫਿਰ ਬਿਆਨ ਦੇ ਰਹੇ ਇਸ ਤਰ੍ਹਾਂ? ਦੇਖੋ, ਸ਼ਗੂਫੇ ਛੱਡਣ ਨਾਲ ਕੀ ਨੁਕਸਾਨ ਥੋੜੀ ਹੈ? ਸਗੋਂ ਇਹਨਾਂ ਦਾ ਕਾਂਗਰਸ 'ਚ, ਇਹਨਾਂ ਨੇ ਕਿਹੜਾ ਰਹਿਣਾ ਕਾਂਗਰਸ 'ਚ? ਇਹ ਵੀ ਭਾਜਪਾ 'ਚ ਹੀ ਜਾਣ ਵਾਲੇ ਨੇ ਸਾਰੇ, ਅੱਧਾ ਟੱਬਰ ਵੱਗ ਗਿਆ, ਅੱਧਾ ਹੋਰ ਵੱਗ ਜਾਣਾ, ਸੋ ਬਾਕੀ ਕੀ ਰਹਿ ਜਾਣਾ? ਕਾਂਗਰਸ ਹੁਣ ਕਾਂਗਰਸ ਥੋੜੀ ਰਹੀ ਹੈ, ਭਾਜਪਾ ਰਹਿ ਗਈ। ਸਾਰੇ ਭਾਜਪਾ 'ਚ ਤਾਂ ਵੱਗ ਕਾਂਗਰਸ ਹੀ ਜਿੰਨੇ ਹੈਗੇ ਨੇ, ਜਿਨ੍ਹਾਂ ਨੇ ਪੁੱਠੇ ਸਿੱਧੇ ਕੰਮ ਕੀਤੇ ਸੀ ਉਹ ਸਾਰੀ ਭਾਜਪਾ ਕੰਨੀ ਨੂੰ ਗੇੜਾ ਬੰਨੀ ਫਿਰਦੇ ਨੇ। ਸਮਝੌਤਾ ਕਰਨ ਦੀ ਕੀ ਲੋੜ ਪੈ ਗਈ ਸਰ ਤੁਹਾਨੂੰ ਆਮ ਆਦਮੀ ਪਾਰਟੀ ਨੂੰ? ਹਾਂਜੀ, ਹੋਇਆ ਕਿੱਥੇ? ਹਾਂਜੀ ਹੋਇਆ ਹੈਗਾ, ਕਈ ਮੀਟਿੰਗਾਂ ਹੋ ਚੁੱਕੀਆਂ। ਦੇਖੋ ਸਰ, ਜਦ ਤੱਕ ਗਰਾਊਂਡ ਤੇ ਆਉਂਦਾ ਨਹੀਂ ਹੈ ਸਮਝੌਤਾ ਕੀ ਹੋਇਆ ਕੀ ਨਹੀਂ, ਸਰ ਕੁਛ ਨਹੀਂ ਹੈ, ਜਦੋਂ ਹੋਊਗਾ ਉਦੋਂ ਕਰਾਂਗੇ। ਹਜੇ ਤੱਕ ਕਿਆ ਸਰ ਆਈਆਂ, ਅਸੀਂ ਸਾਰੀ ਲਾਈ ਜਾਂਦੇ, ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਹਜੇ ਕੁਛ ਨਹੀਂ। ਏਕਮ ਚੱਡਾ ਦੇ ਵਿਆਹ 'ਤੇ ਸੁਖਪਾਲ ਸਿੰਘ ਖਹਿਰਾ ਬੜੇ ਹਮਲਾਵਰ ਨੇ, ਕਿਸ ਤਰ੍ਹਾਂ ਦੇਖਦੇ ਹੋ? ਕਹਿ ਰਹੇ ਨੇ ਕਿ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਆ, 10 ਲੱਖ ਰੁਪਇਆ ਇੱਕ ਕਮਰੇ ਦਾ ਰੈਂਟ ਸੀ ਦਿੱਤੇ ਰਾਤ ਰਹੇ, ਕਿਵੇਂ ਦੇਖਦੇ ਹੋ? ਮੈਨੂੰ ਇੱਕ ਚੀਜ਼ ਦੱਸੋ, ਪ੍ਰਨੀਤੀ ਜਿਹੜੀ ਪ੍ਰਨੀਤੀ ਚੋਪੜਾ, ਉਹ ਕੋਈ ਗਰੀਬ ਹੈ? ਉਹ ਗਰੀਬ ਕਰਦੀ ਹੈ, ਉਹਨੇ ਖਰਚਾ ਕਰ ਸਕਦੇ ਕਿਉਂ? ਜਿੰਨੇ ਇਹ ਹੋਏ ਨੇ ਐਕਟਰ ਐਕਟਰਸ ਹੋਏ ਨੇ ਸਾਰੇ ਉੱਥੇ ਜਾ ਕੇ ਮੈਰਿਜਾਂ ਕਰਦੇ ਰਹੇ ਨੇ, ਉਹਨਾਂ ਨੂੰ ਪੈਸੇ ਕਿਹੜਾ ਹੋਰ ਕੋਈ ਦੇ ਕੇ ਜਾਂਦਾ ਸੀ? ਸੋ ਇਹ ਗੱਲਾਂ 'ਚ ਨਹੀਂ ਪੈਣਾ, ਉਹਨਾਂ ਨੂੰ ਮੁਬਾਰਕਬਾਦ ਦੇਈਏ।
तस्वीर देख के तुसी भी हैरान होवोगे कि जिवें ही विधायक दे मान नूं बुलाया जांदा है स्टेज दे उत्ते, पर ओह आम पब्लिक दे विच ही बैठे होए नजर आ रहे ने। इत्थों तक कि विधायक दे मान वल्लों अपना सन्मान भी स्टेज दे थल्ले खड़ के ही लिया गया। दसदे कि बीते समय दौरान विधायक दे मान दे वल्लों अपने आप नूं डिप्टी सीएम दे अहुदे दे जोग दस्या गया सी। इस बयान तो बाद लगातार विधायक दे मन हर प्रोग्राम दे विच किते ना किते पिछे नजर आ रहे ने। यह भी दस्या जा रहा है कि इस समागम दे विच जो सद्दा पत्र लिखा गया सी, इस विच दे मन दा नाम नहीं लिखा गया। हालांकि इस दे विच मुख मेहमान दे तौर ते मानयोग चेतन सिंह जोड़ा माजरा, कैबिनेट मंत्री, विशेष मेहमान मानयोग जस्सी सोइयां, चेयरमैन जिला योजना बोर्ड पटियाला, ये जरूर लिखा गया, पर इस दे विच दे मान दा नाम नहीं लिखा गया। दस्या जा रहा है कि इस समागम दे विच शामिल होने लई विधायक दे मान नूं सद्दा नहीं दिता गया ते ना ही उन्हां दा नाम लिखवाया गया। जिस तों बाद इस प्रोग्राम दे विच हालांकि दे मान दे वल्लों शिरकत जरूर की गई, पर वह किते ना किते नाराज जरूर नजर आए। नाभा तों अमनदीप सिंह माझा, पंजाबी लोक चैनल।